ਤੁਸੀਂ ਹੈਰਾਨ ਹੋਵੋਗੇ ਵੀ ਜਿੰਨੀ ਵੀ ਖੇਡ ਆ ਸਭ ਮਨ ਦੀ ਆ। ਦੇਖਣਾ ਸੁਣਨਾ ਬੋਲਣਾ ਖਾਣਾ ਪੀਣਾ ਪਹਿਨਣਾ ਸਭ ਮਨ ਦੀ। ਇਸ ਕਰਕੇ ਗੁਰਬਾਣੀ ਦੇ ਵਿੱਚ ਸੰਸਾਰ ਨੂੰ ਮਨ ਆਖਿਆ ਹੈ। ਕਿੱਡੀ ਵੱਡੀ ਸਾਇੰਸ ਹੈ। ਹੁਣ ਮਨ ਬੈਠਾ ਕਿੱਥੇ ਹੈ? ਮਨ ਸ਼੍ਰੀ ਮਾਨ ਭਾਈ ਦਇਆ ਸਿੰਘ ਸਾਹਿਬ ਜੀ ਕਹਿੰਦੇ ਮੇਰੇ ਖਿਆਲ ਨਾਲ ਸੱਜੀ ਅੱਖ 'ਚ ਬੈਠਾ ਹੈ ਅਤੇ ਖੱਬੀ 'ਚ ਆਤਮਾ ਬੈਠੀ ਹੈ। ਦੋਨੇ ਜਦੋਂ ਆਪਸ ਵਿੱਚ ਰਲਦੇ ਉਦੋਂ ਕੰਮ ਚੱਲਦਾ ਹੈ ਅਤੇ ਜਦੋਂ ਮਨ ਪਾਸੇ ਨਿਕਲ ਜਾਂਦਾ ਉਦੋਂ ਕੀ ਕਹਿੰਦੇ ਹਾਂ? ਦੁਬਾਰਾ ਬੋਲ, ਮੈਂ ਧਿਆਨ ਨਹੀਂ ਦਿੱਤਾ। ਬੰਦਾ ਪੁੱਛੇ ਤੂੰ ਤਾਂ ਇੱਥੇ ਸੀ, ਸਰੀਰ ਵੀ ਇੱਥੇ ਸੀ, ਕੰਨ ਵੀ ਇੱਥੇ ਸੀ, ਤੂੰ ਕਿੱਥੇ ਗਿਆ? ਧਿਆਨ ਚਲੇ ਗਿਆ ਪਾਸੇ, ਜਿਹਨੂੰ ਮਨ ਕਹਿ ਦਿੰਦੇ। ਤਾਂ ਪਹਿਲਾ ਹੈ ਪ੍ਰਮਾਣ ਤੇ ਦੂਸਰਾ ਹੈ ਵਿਪਰਜੇ। ਗੱਲ ਸੁਣਤੇ ਲਈ ਪਰ ਸਮਝ ਨਹੀਂ ਪਈ ਵੀ ਕੀ ਕਹਿ ਗਿਆ, ਸ਼ੱਕ ਰਹਿ ਗਿਆ। ਦੂਸਰਾ ਮਨ ਕਰਦਾ ਸ਼ੱਕ ਤੇ ਤੀਸਰਾ ਮਨ ਦਾ ਕੰਮ ਹੈ ਵਿਕਲਪ। ਵਿਕਲਪ ਮੈਨੇ ਪਈ ਰੱਸੀ ਸੀ, ਦਿਖਿਆ ਸੱਪ। ਹੈ ਤਾਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ, ਪਰ ਕੋਈ ਉਹਨੂੰ ਦੇਵੀ ਮੰਨਦਾ ਹੈ, ਕੋਈ ਉਹਨੂੰ ਦੇਵਤਾ ਮੰਨਦਾ ਹੈ। ਕਈ ਤੇ ਬਹੁਤੇ ਥੱਲੇ ਡਿੱਗੇ ਫਿਰਦੇ ਨੇ, ਫੱਕਰ ਮੰਨੀ ਜਾਂਦੇ। ਤਾਂ ਗੱਲ ਤਾਂ ਕੁਝ ਹੋਰ ਸੀ ਪਰ ਦੇਖ ਹੋਰ ਗਈ, ਸਮਝ ਗਲਤ ਗਏ। ਤੇ ਚੌਥਾ, ਹੁਣ ਜਦੋਂ 9:30 ਤੋਂ ਉੱਤੇ ਟਾਈਮ ਹੋ ਗਿਆ ਤੇ ਆਪਾਂ ਨੂੰ ਨੀਂਦ ਆਉਂਦੀ, ਇਹ ਵੀ ਮਨ ਹੀ ਕਰਦਾ ਹੈ। ਹੁਣ ਨੀਂਦ ਕਿਹਨੂੰ ਆਉਂਦੀ ਹੈ? ਆਤਮਾ ਨੂੰ ਆਉਂਦੀ ਹੈ? ਮਹਾਰਾਜ ਕਹਿੰਦੇ ਨਹੀਂ, ਸਤਿਗੁਰ ਜਾਗਤਾ ਹੈ ਦਿਓ। ਸਤ ਤੇ ਗੁਰ ਚੇਤਨ, ਜਿਹੜੀ ਆਤਮਾ ਉਹ ਤਾਂ ਸੌਂਦੀ ਨਹੀਂ ਕਦੀ। ਅੱਛਾ, ਤੁਸੀਂ ਕਹਿੰਦੇ ਸਤਿਗੁਰ ਜਾਗਤਾ ਹੈ ਦਿਓ, ਜਦੋਂ ਇਹ ਸ਼ਬਦ ਉਚਾਰਿਆ ਉਦੋਂ ਤਾਂ ਗੁਰੂ ਗ੍ਰੰਥ ਸਾਹਿਬ ਹੈ ਹੀ ਨਹੀਂ ਸੀ, ਉਦੋਂ ਕਿਹੜਾ ਸਤਿਗੁਰ ਜਾਗਦਾ ਸੀ ਬਈ? ਇਹ ਸ਼ਬਦ ਕਿਹਦਾ? ਭੂਲੀ ਮਾਲਨੀ ਹੈ ਇਹੋ ਸਤਿਗੁਰ, ਉਦੋਂ ਤਾਂ ਕਬੀਰ ਸਾਹਿਬ ਸੀ। ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਉੱਤੇ ਲਿਖ ਦਿੰਦੇ ਸਤਿਗੁਰ ਜਾਗਤਾ ਹੈ ਦਿਓ, ਤੇ ਸੁਖਾਸਣ ਕਿਹਦਾ ਕਰਦੇ ਫਿਰ ਤੁਸੀਂ? ਤਾਂ ਕਹਿੰਦੇ ਸੁਖਾਸਣ ਤਾਂ ਇੱਕ ਮਰਿਆਦਾ ਹੈ, ਪਰ ਜਿਹੜੀ ਅੰਦਰਲੀ ਚੀਜ਼ ਉਹ ਥੋੜ੍ਹੀ ਸੁਣਦੀ ਹੈ, ਜਿਹੜੀ ਵਿੱਚ ਜੋਤ, ਅਸੀਂ ਤਾਂ ਉਹਦੀ ਗੱਲ ਕਰਦੇ ਹਾਂ। ਤਾਂ ਸੱਤ ਜਿਹੜੀ ਕਦੀ ਨਹੀਂ ਮਰਦੀ, ਗੁਰ ਜਿਹਨੂੰ ਕਦੀ ਵੀ ਅਗਿਆਨਤਾ ਨਹੀਂ ਵਿਆਪਦੀ, ਉਹ ਆਤਮਾ ਹਮੇਸ਼ਾ ਜਾਗਦੀ। ਬੜੇ ਬੜੇ ਸਾਧਕ ਤਪੱਸਵੀ ਪਾਗਲ ਹੋ ਗਏ ਨੇ, ਕਹਿੰਦੇ ਆਤਮਾ ਤੇ ਸੌਂਦੀ ਨਹੀਂ, ਮੈਂ ਵੀ ਨਹੀਂ ਸੌਣਾ, ਨਾ ਸੌਣ ਕਰਕੇ ਪਾਗਲ ਹੋ ਗਏ ਨੇ। ਹੁਣ ਉਹਨਾਂ ਨੂੰ ਕਿਹੜਾ ਦੱਸੇ ਵੀ ਮਨ ਸੌਂਦਾ ਹੈ? ਥੋੜ੍ਹੇ ਚਿਰ ਲਈ ਸੌਂਦਾ ਹੈ, ਮਨ ਸੋਇਆ ਮਾਇਆ ਬਿਸਮਾ, ਥੋੜ੍ਹੇ ਚਿਰ ਲਈ, ਫਿਰ ਸੁਪਨਿਆਂ 'ਚ ਚਲਿਆ ਜਾਂਦਾ ਹੈ। ਤਾਂ ਜਿਹੜੀ ਨੀਂਦ ਹੈ ਇਹ ਵੀ ਮਨ ਦਾ ਕੰਮ ਹੀ ਆ, ਹੋਰ ਕਿਸੇ ਦਾ ਕੰਮ ਨਹੀਂ ਸਰੀਰ ਦੇ ਵਿੱਚ। ਮੈਨੇ ਗੱਲ ਕਰੋ ਪਰਮਾਤਮਾ ਦੀ, ਸਤੋ ਗੁਣ ਤਮੋ ਗੁਣ ਰਜੋ ਗੁਣ, ਜਦੋਂ ਸਤੋ ਗੁਣ ਦਾ ਧੱਕਾ ਵੱਜਦਾ ਕਹਿੰਦਾ ਹੁਣ ਮੈਂ ਪਾਠ ਬਹੁਤ ਕਰਿਆ ਕਰਦਾ, ਹੁਣ ਨਹੀਂ ਟਾਈਮ ਖਰਾਬ ਕਰਦਾ। ਜਦੋਂ ਰਜੋ ਗੁਣ ਦਾ ਧੱਕਾ ਵੱਜਦਾ ਉਦੋਂ ਕਹਿੰਦਾ ਸਾਰੇ ਮੇਰੇ ਤੋਂ ਅੱਗੇ ਲੰਘ ਗਏ, ਫਿਰ 18-18 ਘੰਟੇ ਮਿਹਨਤ ਕਰਦਾ, ਮੈਂ 18 ਘੰਟੇ ਕੰਮ ਕਰਦਾ ਕਹਿੰਦਾ, ਭੱਜਾ ਹੀ ਫਿਰਦਾ ਗੱਡੀ ਲੈ ਕੇ ਸਕੂਟਰ ਲੈ ਕੇ। ਇਹ ਕੌਣ ਆ? ਕਹਿੰਦੇ ਬੜਾ ਮਿਹਨਤੀ ਆ। ਕਹਿੰਦੇ ਬਈ ਬ੍ਰਹਮ ਗਿਆਨੀ ਮਿਹਨਤੀ ਨਹੀਂ ਕਹਿੰਦੇ ਹੁੰਦੇ, ਇਹ ਰਜੋਗੁਣੀ ਬੰਦਾ।
ਇਹਦਾ ਪੈਰ ਨਹੀਂ ਲੱਗਦਾ, ਭਜਨ ਨਹੀਂ ਕਰਦਾ, ਰਜੋ ਗੁਣੀ ਹੈ, ਮਿਹਨਤੀ ਮੂਹਨਤੀ ਤੇ ਛੱਡ ਤੂੰ। ਔਰ ਜਦੋਂ ਤਮੋ ਗੁਣ ਦਾ ਧੱਕਾ ਵੱਜਦਾ ਤੇ ਫਿਰ ਕਹਿੰਦਾ ਘੜੀ ਸੌ ਨਾ ਲਈਏ, ਫਿਰ ਪਾਠ ਕਰ ਲਾਂਗੇ। ਤਾਂ ਤਿੰਨ ਚੀਜ਼ਾਂ ਹੀ ਆ ਬਸ, ਤਿੰਨਾਂ ਚ ਹੀ ਸਾਰੀ ਦੁਨੀਆ ਫਸੀ ਹੈ। ਕਿਤੇ ਕਿਤੇ ਸਤੋ ਗੁਣ ਵੀ ਆ ਜਾਂਦਾ ਵੀ ਹੁਣ ਮਾੜਾ ਕੰਮ ਨਹੀਂ ਕਰਨਾ, ਅੰਮ੍ਰਿਤ ਛਕ ਲੈਣਾ ਇਸ ਸਮਾਗਮ ਤੇ, ਤਾਂ ਤੀਜੇ ਕੁ ਦਿਨ ਮਨ ਫੇਰ ਉਦਾਂ ਦਾ। ਤਾਂ ਇਹ ਚੌਥਾ ਕੰਮ ਜਿਹੜਾ ਸੋਣਾ ਹੈ ਇਹ ਵੀ ਮਨ ਦਾ ਹੀ ਹੈ। ਪੰਜਵੀਂ ਸਿਮਰਤੀ, ਯਾਦ ਕਰਨਾ, ਜਿਹਨੂੰ ਤੁਸੀਂ ਸਿਮਰਨ ਕਹਿੰਦੇ ਹੋ, ਇਹ ਵੀ ਮਨ ਹੀ ਕਰਦਾ ਹੈ। ਤਾਂ ਜਿੰਨੇ ਸਰੀਰ ਵਿੱਚ ਚੰਗੇ ਕੰਮ ਉਹ ਵੀ ਮਨ ਹੀ ਕਰਦਾ ਹੈ ਤੇ ਜਿੰਨੇ ਮਾੜੇ ਕੰਮ ਉਹ ਵੀ ਮਨ ਹੀ ਕਰਦਾ ਹੈ। ਤਾਂ ਚਲੋ ਰਹੋ ਵਿਚਾਰ, ਇਹ ਪੰਜ ਚੀਜ਼ਾਂ, ਸਿਮਰਨ ਕਰਨਾ, ਸੌਣਾ, ਵਿਕਲਪ ਵਿਪਰਜੇ ਆਦਿਕ ਜੋ ਵੀ ਹੈ, ਜਿੰਨਾ ਚਿਰ ਸਾਡਾ ਮਨ ਇਹ ਪੰਜ ਚੀਜ਼ਾਂ ਨਹੀਂ ਛੱਡਦਾ ਓਨਾ ਚਿਰ ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦਾ। 24 ਘੰਟੇ ਪੰਜ ਚੀਜ਼ਾਂ ਚੱਲਦੀਆਂ, ਕਦੀ ਕੋਈ ਕਦੀ ਕੋਈ। ਤਾਂ ਹੁਣ ਇਹ ਜਿਹੜਾ ਮਨ ਹੈ ਇਹ ਸਾਡੇ ਸਰੀਰ ਦੇ ਅੰਦਰ, ਮੈਨੂੰ ਨਹੀਂ ਦਿਖਣਾ ਵੀ ਤੁਹਾਡਾ ਮਨ ਕੀ ਆ, ਤੇ ਤੁਹਾਨੂੰ ਨਹੀਂ ਦਿਖਣਾ ਵੀ ਮੇਰਾ ਮਨ ਕੀ, ਐਵੇਂ ਕਵਾਂ। ਤਾਂ ਹਰੇਕ ਬੰਦੇ ਨੂੰ ਆਪਣੇ ਮਨ ਦਾ ਪਤਾ ਹੈ, ਜਾਂ ਤੇ ਤੁਸੀਂ ਦੁਨੀਆ ਵੇਖਦੇ ਹੋ, ਜਾਂ ਦੁਨੀਆ ਸੁਣਦੇ ਹੋ, ਜਾਂ ਤੁਸੀਂ ਸੋਚੀ ਪਏ ਰਹਿੰਦੇ, ਹੋਰ ਤਾਂ ਕੰਮ ਹੀ ਕੋਈ ਨਹੀਂ। ਤਾਂ ਜਿੰਨਾ ਚਿਰ ਇਹਨਾਂ ਪੰਜਾਂ ਤੋਂ ਮਨ ਖਾਲੀ ਨਹੀਂ ਹੁੰਦਾ ਓਨਾ ਚਿਰ ਜਿਹੜਾ ਸਾਡਾ ਮਨ ਹੈ ਆਤਮਾ ਵੱਲ ਤੁਰਦਾ ਨਹੀਂ। ਤਾਂ ਫਿਰ ਪ੍ਰਸ਼ਨ ਪੈਦਾ ਹੁੰਦਾ ਹੈ ਜੀ, ਮਨ ਨੂੰ ਖਾਲੀ ਕਿਵੇਂ ਕਰਾਂ? ਤਾਂ ਕਹਿੰਦੇ ਬਈ ਬੜੇ ਤਰੀਕੇ ਆ, ਪਰ ਗੱਲ ਤਾਂ ਬਣੇਗੀ ਜੇ ਕਰੋਗੇ। ਹਾਂ, ਸੁਣਨ ਦੇ ਨਾਲ ਨਹੀਂ ਕੁਝ ਹੁੰਦਾ ਹੈ। ਮੰਨ ਲਓ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਗਿਆਨੀ ਜੀ ਕਿੰਨਾ ਵਾਹਿਗੁਰੂ ਦਾ ਨਾਮ ਜਪਾ ਕੇ ਗਏ ਕਿ ਸਾਰੇ ਬ੍ਰਹਮ ਗਿਆਨੀ ਹੋ ਗਏ। ਸੁਣਿਆ ਕੀ ਹੁੰਦਾ ਹੈ? ਸੁਣਿਆ ਤਾਂ ਵਸਤੂ ਦਾ ਗਿਆਨ ਹੁੰਦਾ, ਵਸਤੂ ਨਹੀਂ ਮਿਲਦੀ। ਸੁਣ ਲਿਆ ਵੀ ਫਲਾਨੇ ਪਿੰਡ ਚੋਂ ਆਹ ਚੀਜ਼ ਵਿਕਦੀ ਆ ਤੇ ਮਿਲ ਗਈ, ਫਿਰ ਉੱਥੇ ਜਾਓਗੇ ਖਰੀਦੋਗੇ ਫਿਰ ਮਿਲੂ। ਤਾਂ ਧਾਰਮਿਕ ਜਿੰਨੇ ਵੀ ਮਹਾਂਪੁਰਸ਼ ਨੇ, ਵਿਦਵਾਨ ਹਨ, ਇਹ ਤੁਹਾਨੂੰ ਵਸਤੂ ਦਾ ਗਿਆਨ ਕਰਵਾਉਂਦੇ ਨੇ, ਵਸਤੂ ਮਿਲਾਉਂਦੇ ਨਹੀਂ ਆ, ਇਹ ਬਿਲਕੁਲ ਭੁੱਲਦੇ। ਗਿਆਨੀ ਲੋਕ ਕੀਰਤਨੀਆਂ ਕਥਾ ਵਾਚਕ ਤੁਹਾਨੂੰ ਰੱਬ ਦਾ ਗਿਆਨ ਕਰਾ ਦੂ, ਪਰ ਰੱਬ ਨੂੰ ਮਿਲਾਊਗਾ ਨਹੀਂ। ਜੇ ਮਿਲਣਾ ਤੇ ਆਪ ਚੌਂਕੜਾ ਮਾਰੋ ਫਿਰ। ਇਸੇ ਤਰ੍ਹਾਂ ਧਾਰਮਿਕ ਗ੍ਰੰਥ, ਧਾਰਮਿਕ ਗ੍ਰੰਥ ਪਰਮੇਸ਼ਰ ਦਾ ਗਿਆਨ ਤਾਂ ਕਰਾ ਦੇਣਗੇ, ਪਰ ਮਿਲਾਉਂਦੇ ਨਹੀਂ, ਕਿਸੇ ਬਿਲਕੁਲ ਨਹੀਂ ਮਿਲਾਉਣਗੇ। ਹਾਂ, ਜੇ ਮਿਲਣਾ ਤੇ ਆਪ ਤੁਰ। ਤਾਂ ਇਸ ਕਰਕੇ ਉੱਥੇ ਫਿਰ ਧਾਰਮਿਕ ਗ੍ਰੰਥਾਂ ਦੇ ਵਿੱਚ ਸਾਧਨਾ ਦੱਸੀ। ਉਹ ਸਾਧਨਾ ਕੀ? ਵੀ ਮਨ ਨੂੰ ਵਿਚਾਰ ਸ਼ੁਨ ਕਰੋ, ਮਨ ਨੂੰ ਵਿਚਾਰਾਂ ਤੋਂ ਰਹਿਤ ਕਰੋ। ਹੁਣ ਮਨ ਕਿੱਦਾਂ ਖਾਲੀ ਹੁੰਦਾ ਬਈ? ਵਿਚਾਰਾਂ ਤੋਂ ਰਹਿਤ ਕਿੱਦਾਂ ਹੁੰਦਾ ਹੈ? 5 ਮਿੰਟ ਜਾਂ 2.5 ਮਿੰਟ, ਸੈਕਿੰਡ ਦੀ ਗੱਲ ਨਹੀਂ ਕਰਦਾ। ਜਦੋਂ ਗੁਰਮੰਤਰ ਜਪਣ ਲੱਗੋਗੇ ਥੋੜ੍ਹੇ ਜਿਹੇ ਸੈਕਿੰਡ ਜੁੜ ਜਾਂਦਾ ਹੈ। 2.5 ਮਿੰਟ ਜਾਂ 5 ਮਿੰਟ ਮਨ ਵਿੱਚ ਖਿਆਲ ਨਹੀਂ ਉੱਠਣਾ ਚਾਹੀਦਾ, ਕੋਈ ਖਿਆਲ ਨਹੀਂ ਉੱਠਣਾ ਚਾਹੀਦਾ।
ਉਹਨੂੰ ਕਹਿੰਦੇ ਧਿਆਨ, ਅਜੇ ਤੇ ਧਿਆਨ ਹੀ ਨਹੀਂ ਲੱਗਾ ਸਾਡਾ, ਉਹਨੂੰ ਸਿਮਰਨ ਕਹਿੰਦੇ ਆ, ਉਹ ਵੀ ਨਹੀਂ ਹੋਇਆ ਅਜੇ। ਹਾਂ ਜੇ ਤਾਂ ਭਲਵਾਨ ਵਾਂਗੂ ਬੈਠਕਾਂ ਮਾਰਦਾ, ਜਿੱਦਣ ਕਿਸੇ ਨੂੰ ਢਾ ਕੇ ਆਵੇਗਾ ਉਦਣ ਮੰਨਾਂਗੇ ਕਿੱਡਾ ਤਕੜਾ। ਚਲੋ ਉਹ ਗੁਰਸਿੱਖ ਵੱਖਰੇ ਨੇ। ਇੱਕ ਮਾਤਾ ਜੀ ਨੇ ਨੰਗਲ ਤੋਂ ਪ੍ਰੇਮ ਲੱਗ ਗਿਆ ਮਹਾਰਾਜ ਦਾ, 12 ਵਜੇ ਉੱਠ ਕੇ ਆਣ ਕੇ ਮਹਾਰਾਜ ਦਾ ਪ੍ਰਕਾਸ਼ ਕਰਦੇ ਆ ਅਨੰਦਪੁਰ ਸਾਹਿਬ ਦੇ ਇਲਾਕੇ। ਹੋਰ ਵੀ ਬੀਬੀਆਂ ਕਾਫੀ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ। ਇੱਕ ਦਿਨ ਮਹਾਰਾਜ ਦੀ ਏਡੀ ਕਿਰਪਾ ਹੋਈ, ਹੁਣ ਜਦੋਂ ਉਹ ਪ੍ਰਕਾਸ਼ ਕਰਦੇ ਆ ਤੇ ਉਸ ਕਮਰੇ ਚ ਆਪਣੇ ਆਪ ਚਾਨਣ ਹੋ ਜਾਂਦਾ ਜਦੋਂ ਮਾਤਾ ਆਉਂਦੀ। ਮਤਲਬ ਗੁਰੂ ਗ੍ਰੰਥ ਸਾਹਿਬ ਕੋਈ ਨਿਰਾ ਗ੍ਰੰਥ ਤਾਂ ਨਹੀਂ ਆ, ਦਸਾਂ ਪਾਤਸ਼ਾਹੀਆਂ ਦੀ ਜੋਤ, ਇਸੇ ਕਰਕੇ ਕਿਹਾ ਜਾਂਦਾ।